ਪਹਿਲੋਂ ਪਹਿਲ ਤਾਂ ਸਰਦਾਰ ਸੰਤ ਸਿੰਘ ਨੇ ਤੇ ਗੁਰਮੁਖ ਸਿੰਘ ਨੇ ਰੇਲ ਗੱਡੀ ਤੇ ਸਫ਼ਰ ਕੀਤਾ, ਫਿਰ ਘੋੜੇ ਗੱਡੀ ਤੇ ਜਾ ਬੈਠੇ, ਫਿਰ ਘੋੜਿਆਂ ਤੇ ਖੱਚਰਾਂ ਦੇ ਜ਼ਰੀਏ ਕੁਝ ਵਾਟ ਕੱਟੀ, ਫਿਰ ਅੱਗੇ ਚੱਲ ਕੇ ਸੜਕ ਇੰਨੀ ਛੋਟੀ ਹੋ ਗਈ ਵੀ ਮਸਾਂ ਇੱਕ ਆਦਮੀ ਹੀ ਚੱਲ ਸਕਦਾ ਸੀ। ਘੋੜਿਆਂ ਤੇ ਖੱਚਰਾਂ ਦਾ ਕੰਮ ਵੀ ਨਾ ਰਿਹਾ, ਇਸ ਲਈ ਇਹਨਾਂ ਦੋਵਾਂ ਨੂੰ ਪੈਦਲ ਹੀ ਤੁਰਨਾ ਪਿਆ। ਤੇ ਸਾਰਾ ਸਾਰਾ ਦਿਨ ਤੁਰਦਿਆਂ ਗੁਜ਼ਰਦਾ ਜਾਵੇ ਤੇ ਥੱਕ ਟੁੱਟ ਕੇ ਸ਼ਾਮ ਨੂੰ ਜੰਗਲ ਵਿੱਚ ਹੀ ਰਾਤ ਕੱਟਣੀ ਪਵੇ। ਗੁਰਮੁਖ ਸਿੰਘ ਕਈ ਵਾਰ ਇੰਨਾ ਥੱਕ ਜਾਂਦਾ ਵੀ ਦਿਲ ਵਿੱਚ ਸੋਚਦਾ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਆਨੰਦਪੁਰ ਦਾ ਸਫ਼ਰ ਇੰਨਾ ਔਖਾ ਹੈ, ਮੈਂ ਆ ਕੇ ਕੀ ਕਰਨਾ ਸੀ। ਪਰ ਸੰਤ ਸਿੰਘ ਉਸਦੇ ਚਿਹਰੇ ਦੀ ਉਦਾਸੀ ਤੱਕ ਕੇ ਉਹਨੂੰ ਧੀਰਜ ਦੇਵੇ ਤੇ ਕਹਿੰਦਾ, ਸਰਦਾਰ ਗੁਰਮੁਖ ਸਿੰਘ ਜੀ, ਤੁਸੀਂ ਤੇ ਜਵਾਨ ਹੋ, ਵੇਖੋ ਨਾ ਮੈਂ ਤੁਹਾਡੇ ਨਾਲੋਂ ਵਡੇਰੀ ਉਮਰ ਦਾ ਹੋ ਕੇ ਵੀ ਨਹੀਂ ਥੱਕਦਾ ਤੇ ਨਾ ਘਬਰਾਉਣਾ। ਇਹ ਸਫ਼ਰ ਪਹਿਲੇ ਹਿੱਸਿਆਂ ਵਿੱਚ ਇਸੇ ਤਰ੍ਹਾਂ ਔਖਾ ਜਾਪਦਾ ਹੈ, ਤੇ ਜਦੋਂ ਮੈਂ ਵੀ ਪਹਿਲਾਂ ਪਹਿਲ ਇਸ ਸਫ਼ਰ ਨੂੰ ਤੈਅ ਕੀਤਾ ਸੀ ਨਾ ਤੇ ਤੁਹਾਡੇ ਵਾਂਗ ਹੀ ਮੇਰਾ ਹਾਲ ਵੀ ਹੁੰਦਾ ਸੀ। ਪਰ ਸਫ਼ਰ ਦੇ ਇਸ ਪਹਿਲੇ ਹਿੱਸੇ ਨੂੰ ਲੰਘ ਲੈਣ ਤੋਂ ਬਾਅਦ ਅਗਲਾ ਹਿੱਸਾ ਬੜਾ ਸੁਹਾਵਣਾ ਤੇ ਆਨੰਦਦਾਇਕ ਹੋਵੇਗਾ। ਉਸ ਵੇਲੇ ਨਾ ਤੁਸੀਂ ਬੜੇ ਖੁਸ਼ ਹੋਵੋਗੇ ਵੀ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ। ਕਈ ਵਾਰ ਗੁਰਮੁਖ ਸਿੰਘ ਤੇ ਸੰਤ ਸਿੰਘ ਦੀ ਆਪਸ ਵਿੱਚ ਇਸ ਤਰ੍ਹਾਂ ਗੱਲਬਾਤ ਹੁੰਦੀ। ਗੁਰਮੁਖ ਸਿੰਘ ਪੁੱਛਣ ਲੱਗਾ, ਸਰਦਾਰ ਸੰਤ ਸਿੰਘ ਜੀ, ਤੁਸੀਂ ਕਹਿੰਦੇ ਸਾਓ ਕਿ ਆਨੰਦਪੁਰ ਦਾ ਰਾਜਾ ਪ੍ਰਭੂ ਸਿੰਘ ਬੜਾ ਚੰਗਾ ਹੈ, ਜਿਹੜਾ ਉਹਨੂੰ ਮਿਲਣ ਲਈ ਆਉਂਦਾ ਹੈ ਉਹਦੇ ਵਾਸਤੇ ਬੜੀਆਂ ਸਹੂਲਤਾਂ ਪੈਦਾ ਕਰ ਦਿੰਦਾ, ਪਰ ਉਸਨੇ ਮੇਰੇ ਲਈ ਤੇ ਕੋਈ ਸਹੂਲਤ ਨਹੀਂ ਦਿੱਤੀ। ਵੇਖੋ ਨਾ ਮੇਰੇ ਪੈਰਾਂ ਵਿੱਚ ਛਾਲੇ ਪੈ ਗਏ ਨੇ ਤੇ ਮੇਰਾ ਸਰੀਰ ਤੇ ਥਕਾਵਟ ਨਾਲ ਹੰਭਿਆ ਪਿਆ, ਪੈਦਲ ਤੁਰਨਾ ਪੈਂਦਾ, ਇੰਨੀ ਲੰਬੀ ਚੜ੍ਹਾਈ ਵਿੱਚ ਕਿਤੇ ਬਹਿ ਕੇ ਸਾਹ ਲੈਣ ਦਾ ਇੰਤਜ਼ਾਮ ਵੀ ਨਹੀਂ ਹੈਗਾ। ਰਾਜਾ ਪ੍ਰਭੂ ਸਿੰਘ ਜੀ ਨੇ ਮੇਰੀ ਲਈ ਕਿਸੇ ਸਹੂਲਤ ਦਾ ਪ੍ਰਬੰਧ ਨਹੀਂ ਨੇ ਕੀਤਾ। ਸਰਦਾਰ ਸੰਤ ਸਿੰਘ ਹੋਰਾਂ ਨੇ ਜਵਾਬ ਦਿੱਤਾ, ਸਰਦਾਰ ਗੁਰਮੁਖ ਸਿੰਘ ਜੀ, ਮਹਾਰਾਜਾ ਪ੍ਰਭੂ ਸਿੰਘ ਜੀ ਦਾ ਇਹ ਅਸੂਲ ਹੈ ਕਿ ਉਸ ਨੂੰ ਮਿਲਣ ਆਉਣ ਵਾਲੇ ਮਿੱਤਰ ਆਪ ਆਪਣੀ ਹਿੰਮਤ ਨਾਲ ਆਪਣੇ ਪੈਰਾਂ ਤੇ ਚੱਲ ਕੇ ਆਉਣ ਤੇ ਸਫ਼ਰ ਦਾ ਹਰੇਕ ਇੰਚ ਹਰੇਕ ਹਿੱਸਾ ਉਹ ਆਪ ਤੁਰਨ। ਇਸ ਮਾਮਲੇ ਚੋਂ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਪਰ ਆਪਣੇ ਆਉਣ ਵਾਲੇ ਮਿੱਤਰਾਂ ਦੀ ਸਹਾਇਤਾ ਬਹੁਤ ਕਰਦੇ ਨੇ ਤੇ ਉਹਨਾਂ ਨੂੰ ਲਿਆਉਣ ਵਾਲੇ ਤੇ ਸਫ਼ਰ ਦੀਆਂ ਸਾਰੀਆਂ ਮੰਜ਼ਲਾਂ ਵਿੱਚੋਂ ਲੰਘਣ ਵੇਲੇ ਉਹਨਾਂ ਦੇ ਨਾਲ ਰਹਿਣ ਵਾਸਤੇ ਤਜਰਬੇਕਾਰ ਅਤੇ ਸਫ਼ਰ ਦੇ ਜਾਣੂ ਆਪਣੇ ਸੇਵਕਾਂ ਨੂੰ ਭੇਜ ਦਿੰਦੇ ਨੇ। ਇਹ ਠੀਕ ਹੈ ਵੀ ਤੁਸੀਂ ਤੁਰਦੇ ਤੁਰਦੇ ਥੱਕ ਜਾਂਦੇ ਹੋ, ਕਿਤੇ ਪੈਰ ਉੱਚਾ ਨੀਵਾਂ ਪੈ ਜਾਂਦਾ ਹੈ, ਠੋਕਰਾਂ ਲੱਗਦੀਆਂ ਨੇ, ਨਿਰਾਸ਼ਤਾ ਵੀ ਆਉਂਦੀ ਹੈ, ਪਰ ਮੇਰੇ ਨਾਲ ਹੋਣ ਕਰਕੇ ਤੁਸੀਂ ਇੰਨੇ ਮੁਸ਼ਕਲ ਸਫ਼ਰ ਨੂੰ ਤੈਅ ਵੀ ਤੇ ਕਰ ਰਹੇ ਹੋ ਨਾ, ਇਹ ਥਕਾਵਟ ਅੱਗੇ ਚੱਲ ਕੇ ਦੂਰ ਹੋ ਜਾਏਗੀ, ਕਿਉਂਕਿ ਸਫ਼ਰ ਦਾ ਅਗਲਾ ਹਿੱਸਾ ਬੜਾ ਸੁਹਾਵਣਾ ਹੈ, ਇੰਨਾ ਸੁਹਾਵਣਾ ਹੈ ਬਈ ਕਈ ਮੁਸਾਫ਼ਰ ਤਾਂ ਨਾ ਉਸੇ ਨੂੰ ਹੀ ਆਨੰਦਪੁਰ ਸਮਝ ਲੈਂਦੇ ਨੇ ਤੇ ਅਗਾਂਹ ਜਾਣਾ ਹੀ ਨਹੀਂ ਚਾਹੁੰਦੇ। ਜਿੱਥੇ ਤੁਹਾਨੂੰ ਸਫ਼ਰ ਦੀਆਂ ਇਹਨਾਂ ਤਕਲੀਫਾਂ ਤੋਂ ਜਾਂ ਥਕਾਵਟ ਤੋਂ ਘਬਰਾਉਣਾ ਨਹੀਂ ਚਾਹੀਦਾ, ਉੱਥੇ ਤੁਹਾਨੂੰ ਸਫ਼ਰ ਦੇ ਅਗਲੇ ਹਿੱਸਿਆਂ ਵਿੱਚੋਂ ਲੰਘਣ ਵੇਲੇ ਆਪਣੇ ਦਿਲ ਨੂੰ ਉੱਥੇ ਭਰਮਣ ਤੋਂ ਰੋਕਣਾ ਪਵੇਗਾ, ਕਿਉਂਕਿ ਉਹ ਹਿੱਸੇ ਬੜੇ ਹੀ ਸੁਹਾਵਣੇ ਨੇ। ਮੈਂ ਤੁਹਾਨੂੰ ਨਾ ਹੁਣੇ ਹੀ ਖਬਰਦਾਰ ਕਰ ਦੇਣਾ। ਗੁਰਮੁਖ ਸਿੰਘ ਦਾ ਸਫ਼ਰ ਦੀਆਂ ਅਗਲੀਆਂ ਸੁਹਾਵਣੀਆਂ ਮੰਜ਼ਲਾਂ ਦਾ ਹਾਲ ਸੁਣ ਕੇ ਪਿਛਲਾ ਥਕੇਵਾਂ ਘੱਟ ਜਾਂਦਾ ਤੇ ਸਫ਼ਰ ਕਾਇਮ ਰੱਖਣ ਦਾ ਉਤਸ਼ਾਹ ਵੱਧ ਜਾਂਦਾ।
संत सिंह उसनू इसे तरह उत्साह देंदा, हौसला वधाउंदा ते अपने नाल अगे ही अगे उच्चे ही उच्चे लै जांदा गया। एक दिन की वेखदे ने बई एक पहाड़ की उचाई खत्म होने विच ते दूसरे उस तो उच्चे पहाड़ की चढ़ाई शुरू होने दे विचकार एक बड़ा सुंदर बगीचा ते बगीचे विच बड़ा सुंदर बंगला बनया होया। गुरमुख सिंह एहो जिहा सोहना स्थान वेख जिवें उसदी ते जान विच जान आई ते संत सिंह दे बचना उते विश्वास भी बन गया। उन्हें सोचिया शुकर है सफर दा सब तो औखा हिस्सा ते खत्म होया। संत सिंह ते गुरमुख सिंह जदों दोवें जने इस बगीचे विच दाखल होए तां अगों मालियां ने संत सिंह नूं पछाण के बड़ा आदर कीता ते बंगले विच नाल लै गए। गुरमुख सिंह दी खातर होनी शुरू हो गई, जो खाण पीन नूं मंगे हाजर हो जांदा। आराम करन लई मखमल दे गुदगुदे गदेले, सैर करन लई सोहना पहाड़ी नजारा ते बगीचे दी सैर। गुरमुख सिंह ने इस स्थान दे वसनीकां विच एक बड़ी अजीब गल वेखी, बई उस दे मूहों जो निकलदा वो फौरन हाजिर कर देंदे। इस तरह जापदा जी कि उस महल दे सारे आदमी बस एहा ही उड़ीक करदे रहिंदे सन, बई गुरमुख सिंह कदों कोई चीज मूहों कढे ते वो हाजिर करन। बगीचे विच टहलदियां एक दिन गुरमुख सिंह दी नजर बंगले दी ड्योड़ी उते लिखे मोटे अखरां विच जा पई। जदों उन्हें कोल जाके पढ़िया वो तां यह लिखिया सी, पिता कृपाल आग्या एह दीनी, बारिक मुख मांगै सो देना। गुरमुख सिंह नूं हुणे समझ आई बई क्यों उस बंगले विच आए मुसाफरां दी नौकरां चाकरां वल्लों इन्नी खातर कीती जांदी है, क्यों इन्ना ख्याल रखिया जांदा है। उसने संत सिंह नाल भी अगले पल के गल कीती, जिस दे उत्तर विच संत सिंह ने आख्या, हां गुरमुख सिंह जी, आनंदपुर नूं जाण वाले सारे मुसाफरां नूं सफर दी पहली कठिन मंजिल तय कर लैण तों बाद इस पड़ा ते आउणा पैंदा। इत्थे आ के साह लै के आनंद लैण मगरों कई मुसाफर ते अगे जाणा ही भुल जांदे ने, पर सूझवान ते सियाणे मुसाफर इस नूं आनंदपुर दे सफर दा एक मामूली पड़ा समझ के अपना सफर कायम रखते हैं। तुसी दसो तुहाड़ा की ख्याल है, जे तुहाड़ा ख्याल भी इत्थे ही टिक जाण दा होवे तां मैनू महाराजा साहब वल्लों ये आग्या मिली हुई है भी मैं तुहानू इत्थे ही छड्ड दियां ते अगे जाण लई मजबूर ना करां। गुरमुख सिंह ने अपने दिल विच विचारिया कि जिस महाराजा प्रभु सिंह ने अपना वजीर भेज के मेरी तृष्णा गढ़ विच बुरी ते लाचार हालत नूं सुधारिया, ते फिर संत सिंह दे जरिए मैनूं अपनी राजधानी आनंदपुर विखे आउण दा सद्दा दिता, जिस नूं मिलण लई सफर आरंभ करके ते इन्ना कठिन हिस्सा तय करके मैं इत्थे पहुंचिया, हुण एवें इत्थे टिक जाणा मेरे लिए वाजब नहीं। जदों महाराजा साहब सुनणगे बई मैं उन्हां वल आउंदा आउंदा रस्ते विच ही उन्हां दे एक बंगले बगीचे ते सुहावने स्थान दे आनंद विच अगे आउणा ही भुल गया ते उन्हां नूं मिलणा ही भुल गया तां मेरे बारे की सोचणगे। पर फिर गुरमुख सिंह नूं इह वी ख्याल आवे बई वेखो ना, बंदा चाहुंदा ते इह ही है ना, भई जो मूह मंगीए वह उसे वेले मिल जाए। इत्थे मैं जो मंगदा मेरे जुबान तो निकलण दी देर हाजिर हो जांदा है, इसलिए इस तो अगे जाण दी लोड़ की है, नाले अगे जाके इस तो वध होर की मिलना है। इसलिए उसने सरदार संत सिंह नूं अगले दिन जाके आख्या, भाई साहब जी, तुसी जिहड़ी गल कल कही सी ना
भी जे मैं इथे रहना चाहवा तो महाराजा साहब ने तुहानू ए हुक्म कीता भी तुसी मैनू अगे ले जाण लई मजबूर नहीं करोगे। मैं मन विच बड़ा सोचिया है ते इस फैसले ते पहुंचिया भई मैं इथे टिकया रवा ते चंगी गल है। भला तुसी आप दसो ना भई जिथे जो मैं मंगा मैनू उसे वेले मिल सकदा होवे, इस तों अगे होर की मिलना है। तुसी महाराजा साहब नू मेरे वल्लों धन्नवाद दिया जे, मेरे वल्लों शुकराना करिया जे, ते आख्या जे मैं उन्हां दियां मेहरबानियां दा कोई अवजाना नहीं दे सकदा, ते इत्थे रहिंदियां सदा ही उन्हां दा धन्नवादी रहांगा। संत सिंह ने गुरमुख सिंह दी गल बड़ी ध्यान नाल सुनी ते नाले प्यार नाल आख्या, मित्रा जे तू इस तरह चाहना है ते तेरी मर्जी, मैं तैनू अगे जाण लई मजबूर नहीं करदा, पर जेड़ा तेरा ए ख्याल है ना भई तैनू इत्थे सारा कुछ मिल जांदा है, जो तू मूंह कढ़े ओ मिल जांदा है, इसलिए तैनू अगे जाण दी लोड़ नहीं, अगे होर कुछ होना ही नहीं, तेरा ए ख्याल ठीक नहीं। जिस राजे दी राजधानी दे रस्ते विच ए पहला पड़ा इन्ना सोहना रमणीक है, उसकी राजधानी ते राजधानी का राजा आप किन्ने चंगे ते अनोखे होणगे। तू जरा इस गल वल ध्यान दे, एवें इस पड़ा ते पहुंच के समझ लैना भी इस तो चंगा होर कोई थां हो ही नहीं सकता, यह तेरा अणजाण पुणा है। मैं तैनूं पहला ही होशियार ते खबरदार कीता सी भई आनंदपुर दे रस्से विच ना बड़े सोहने सोहने बड़े कमाल दे थां आउणगे ते तैनूं भरमाउणगे, पर तू सफर जारी रखी ते किसे थां नूं अपना आखरी निशाना आखरी मंजिल समझ के उथे टिक ना जाई। हुण भी मेरी इही बेनती है कि जिस सफर नूं तुसीं शुरू कीता है उस नूं कायम रखो ते मेरे नाल चलो। हां पर बाकी तुहाडी खुशी। गुरमुख सिंह दे दिल दी हालत बड़ी अजीब सी, कदे चाहे भई संत सिंह नूं आखा महाराज तुसीं जाओ ते मैं इत्थे रह के सुख भोगना, कदे सोचे भई महाराजा साहब की कहणगे, फिर कदे सोचे गल ते ठीक सी भई जिस महाराजे दा एक बंगला ही एडा सोहना है उसका दरबार ते राजधानी किड्डे सोहने होणगे। अखीर बड़ी जको तक्की तों बाद गुरमुख सिंह ने संत सिंह दे अगे हाथ जोड़ के आख्या, भाई साहब तुसी ठीक कहिंदे हो, यह मेरी गलती ते कम अकली है कि मैं सफर दे एक पड़ा नूं आखरी मंजिल समझ रहा, मेरा रस्ते विच अटक जाना किसे तरह ठीक नहीं, इसलिए मैं तुहाडे नाल जरूर चलांगा, तुसी मेरी कमजोरी का ख्याल ना करियो, मैं चलन लई हाजर हाँ तैयार हाँ, उठो छेती चलो, किते ना मेरे मन की कमजोरी फिर मैनू रोक ना लवे।